ਫਾਜ਼ਿਲ ਕਾ ਦੇ ਅਬੋਰ ਰੋਡ ਤੇ ਨਾਮਦੇਵ ਗੁਰਦੁਆਰਾ ਦੇ ਨੇੜੇ ਇੱਕ ਖੋਖੇ ਨੂੰ ਲੱਗੀ ਅੱਗ ਬਿਜਲੀ ਦੇ ਟਰਾਂਸਫਾਰਮਰ ਦਾ ਵੀ ਹੋਇਆ ਨੁਕਸਾਨ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ ਪਾਇਆ ਜਾ ਰਿਹਾ ਅੱਗ ਤੇ ਕਾਬੂ ਫਾਜ਼ਿਲਕਾ ਦੇ ਅਬੋਰ ਰੋਡ ਤੇ ਰਾਤ ਕਰੀਬ 9 ਵਜੇ ਇੱਕ ਖੋਖੇ ਨੂੰ ਅੱਗ ਲੱਗ ਗਈ ਜਿਸ ਦੇ ਨਾਲ ਇੱਥੇ ਲੱਗੇ ਬਿਜਲੀ ਦੇ ਟਰਾਂਸਫਾਰਮਰ ਨੂੰ ਵੀ ਅੱਗ ਦੀਆਂ ਲਪਟਾਂ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ ਜਿਸ ਦੇ ਚਲਦਿਆਂ ਟਰਾਂਸਫਾਰਮਰ ਦਾ ਵੀ ਕਾਫੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਮੌਕੇ ਤੇ ਲੋਕਾਂ ਵੱਲੋਂ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਇੱਥੇ ਪਹੁੰਚੀ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਅੱਗ ਤੇ ਕਾਬੂ ਪਾਉਣ ਦਾ ਪ੍ਰਯਾਸ ਕੀਤਾ ਗਿਆ ਅਤੇ ਖੋਖੇ ਅਤੇ ਟਰਾਂਸਫਾਰਮਰ ਨੂੰ ਲੱਗੀ ਅੱਗ ਨੂੰ ਬੁਝਾਇਆ ਗਿਆ ਜਾਣਕਾਰੀ ਦਿੰਦੇ ਹੋਏ ਇੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਅੱਗ ਕਰੀਬ 9 ਵਜੇ ਲੱਗੀ ਹੈ ਜਿਸ ਤੋਂ ਬਾਅਦ ਇੱਥੇ ਅੱਗ ਦੀਆਂ ਲਪਟਾਂ ਉੱਡੀਆਂ ਸ਼ੁਰੂ ਹੋ ਗਈਆਂ ਉਹਨਾਂ ਵੱਲੋਂ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ ਤੇ ਗੱਡੀ ਲੈ ਕੇ ਪਹੁੰਚੇ ਅਤੇ ਉਹਨਾਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਉਧਰ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਔਰ ਉਹ ਗੱਡੀ ਲੈ ਕੇ 4 ਮਿੰਟ ਦੇ ਵਿੱਚ ਇੱਥੇ ਪਹੁੰਚ ਗਏ ਹਨ ਉਹਨਾਂ ਨੇ ਦੱਸਿਆ ਕਿ ਅੱਗ ਦੇ ਚਪੇਟ ਦੇ ਨਾਲ ਕੋਕਾ ਤਾਂ ਸੜ ਕੇ ਸਵਾਹ ਹੋ ਗਿਆ ਜਦਕਿ ਬਿਜਲੀ ਦੇ ਟਰਾਂਸਫਾਰਮਰ ਨੂੰ ਬਚਾ ਲਿਆ ਗਿਆ ਉਹਨਾਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਹਲੇ ਪਤਾ ਨਹੀਂ ਚੱਲ ਪਾਇਆ ਅਤੇ ਖੋਖੇ ਦੇ ਮਾਲਕ ਬਾਰੇ ਵੀ ਉਹਨਾਂ ਵੱਲੋਂ ਜਾਣਕਾਰੀ ਲਿੱਤੀ ਜਾ ਰਹੀ ਹੈ ਸਰ ਮੇਰਾ ਨਾਮ ਅਨੂ ਆ ਅਨੂ ਕੀ ਗੱਲ ਹੋਈ ਹੈ ਇੱਥੇ ਇੱਧਰ ਸਰ ਤਕਰੀਬਨ ਨਾ ਪਿੱਛੋਂ ਪਤਾ ਨਹੀਂ ਸਪਾਰਕ ਹੋਈ ਹੈ ਕੁਛ ਹੋਇਆ ਮੈਂ ਅੱਗ ਪਕੜੀ ਤੇ ਪੂਰਾ ਖੋਖਾ ਹੌਲੀ ਹੌਲੀ ਜਲਦਾ ਗਿਆ ਅੱਛਾ ਜੀ ਠੀਕ ਹੈ ਮੈਂ ਕੋਲ ਹੀ ਖੜਾ ਸੀ ਤੇ ਨਾਲ ਦੀ ਨਾਲ ਆਪਣੇ ਵਾਇਰ ਹੈਗੀ ਜਿਹੜੀ ਮੇਨ ਵਾਇਰ ਆ ਜਿਹੜੀ ਤਿੰਨ ਜਾਂਦੀਆਂ ਜਿਹੜੀ ਮੇਨ ਵਾਇਰ ਉਹਨਾਂ ਨੂੰ ਵੀ ਅੱਗ ਲੱਗ ਗਈ ਪੂਰੀ ਇੱਥੇ ਤਾਰਾਂ ਨਾਲ ਉਹ ਉੱਪਰ ਜਿਹੜੀ ਤਾਰਾਂ ਜਾਂਦੀਆਂ ਉਸ ਨਾਲ ਵੀ ਉੱਪਰ ਅੱਗ ਪਹੁੰਚ ਗਈ ਕਰਦੇ ਕਰਾਉਂਦੇ ਫਿਰ ਅਸੀਂ ਇੱਧਰ ਆਏ ਫਾਇਰ ਬ੍ਰਿਗੇਡ ਨੂੰ ਫੋਨ ਲਾਇਆ ਠੀਕ ਹੈ ਫਾਇਰ ਬ੍ਰਿਗੇਡ ਐਸ ਮੌਕੇ ਤੇ ਪਹੁੰਚ ਕੇ ਠੀਕ ਹੈ ਉਦੋਂ ਸਾਰਾ ਖੋਖਾ ਵਗੈਰਾ ਜਲ ਚੁੱਕਿਆ ਸੀਗਾ ਅੱਛਾ ਮੌਕੇ ਤੇ ਆ ਕੇ ਅੱਗ ਬੁਝਾਈ ਗਈ ਨਹੀਂ ਤਾਂ ਇੱਥੇ ਬਹੁਤ ਤਕੜਾ ਨੁਕਸਾਨ ਹੁੰਦਾ ਟਰਾਂਸਫਾਰਮਰ ਨੂੰ ਵੀ ਅੱਗ ਲੱਗੀ ਹੈ ਹਾਂਜੀ ਹਾਂਜੀ ਅੱਛਾ ਉਹਨੇ ਤਾਰਾ ਬਿਲਕੁਲ ਸੜ ਕੇ ਸਵਾਹ ਹੋ ਚੁੱਕੀਆਂ ਨੇ ਤੇ ਹੁਣ ਕਿੰਨਾ ਇਹ ਖੋਖਾ ਹੈ ਕਿੰਨਾ ਕੁ ਨੁਕਸਾਨ ਹੋਇਆ ਇਹਦੇ ਸਰ ਸਮਾਨ ਤੱਕ ਤਾਂ ਸੀ ਵਿੱਚ ਪ੍ਰੋਪਰ ਉਹਦਾ ਸਾਰਾ ਜਲ ਕੇ ਰਾਖ ਹੋ ਚੁੱਕਿਆ ਕੁਝ ਵੀ ਨਹੀਂ ਬਚਿਆ ਸਰ ਕੀ ਨਾਂ ਤੁਹਾਡਾ ਜੀ ਮੇਰਾ ਕੁਲਦੀਪ ਸਿੰਘ ਹੈ ਜੀ ਫਾਇਰ ਬ੍ਰਿਗੇਡ ਦਾ ਫਾਇਰ ਡਰਾਈਵਰ ਹਾਂ ਜੀ ਮੈਂ ਕੀ ਕਹੋਗੇ ਕਿਸ ਤਰ੍ਹਾਂ ਦੇ ਨਾਲ ਇਹ ਹਾਦਸਾ ਹੋਇਆ ਜੀ ਕੀ ਹਾਦਸਾ ਹੈ ਸਾਨੂੰ 101 ਨੰਬਰ ਤੇ ਮੱਕੜ ਸਾਹਿਬ ਦਾ ਫੋਨ ਗਿਆ ਜੀ ਅੱਛਾ ਜੀ ਤੇ ਹਬੋਰ ਰੋਡ ਤੇ ਗੁਰਦੁਆਰੇ ਨਾਲ ਅੱਗ ਲੱਗੀ ਆ ਇਹਨੂੰ ਖੋਖੇ ਨੂੰ ਅੱਛਾ ਜੀ ਨਾਲ ਹੀ ਟਰਾਂਸਫਾਰਮਰ ਨੂੰ ਲੱਗੀ ਸੀਗੀ ਅਸੀਂ ਆ ਕੇ 3:30-4 ਮਿੰਟ ਹੀ ਗੱਡੀ ਪਹੁੰਚਾਈ ਤੇ ਆ ਕੇ ਖੋਖੇ ਨੂੰ ਬੁਝਾ ਕੇ ਤੇ ਉਹਦੇ ਡੀ ਸੀ ਪੀ ਆਰ ਦਾ ਅਸੀਂ ਸਿਲੰਡਰ ਨਾਲ ਅੱਗ ਬੁਝਾਈ ਆ ਟਰਾਂਸਫਾਰਮਰ ਨੂੰ ਲੱਗੀ ਸੀ ਅੱਗ ਉਹ ਵੀ ਬੁਝਾਤੀ ਇਹ ਅੱਗ ਕਿਵੇਂ ਲੱਗੀ ਇਹ ਨਹੀਂ ਪਤਾ ਲੱਗਿਆ ਖੋਖਾ ਸੜ ਕੇ ਸਵਾਹ ਹੋ ਗਿਆ ਸਾਡੇ ਪਹੁੰਚਦਿਆਂ ਮਿੰਟ ਸਾਡੇ 4 ਮਿੰਟਾਂ 'ਚ ਪਹੁੰਚੇ ਅਸੀਂ ਤੇ ਅੱਗ ਹੁਣ ਕੰਟਰੋਲ 'ਚ ਆ ਜੀ ਕਿੰਨੇ ਵਜੇ ਸਰ ਸੂਚਨਾ ਮਿਲੀ ਸੀ ਔਰ ਕਿੰਨੇ ਵਜੇ ਪਹੁੰਚੇ ਹੋ ਤੁਸੀਂ ਕਿੰਨੇ ਵਜੇ ਦਾ ਟਾਈਮ ਸੀਗਾ 9:20 ਦਾ ਟਾਈਮ ਸੀਗਾ ਸਾਡੇ ਸੂਚਨਾ ਮਿਲੀ ਅਤੇ 9:24 ਤੇ ਪਹੁੰਚ ਗਏ ਸੀ ਹੁਣ ਕਾਬੂ ਪਾ ਲਿਆ ਜੀ ਅੱਗ 'ਤੇ ਹਾਂਜੀ ਕਾਬੂ ਪਾ ਲਿਆ ਜਿਹੜਾ ਖੋਖਾ ਸੀ ਉਹ ਸੜ ਕੇ ਸਵਾਹ ਹੋ ਗਿਆ ਆਉਂਦਿਆਂ ਆਉਂਦਿਆਂ 4 ਮਿੰਟਾਂ ਦੇ ਵਿੱਚ ਹੀ ਉਹ ਇੰਨੀ ਅੱਗ ਵੱਧ ਗਿਆ ਸੀਗਾ ਕਿ ਉਹ ਜਲ ਗਿਆ ਉਹਦੀਆਂ ਸੇਡਾਂ 'ਤੇ ਮਾੜੀਆਂ ਮੋਟੀਆਂ ਬੱਚੀਆਂ ਲੱਕੜਾਂ ਅਤੇ ਜਿਹੜਾ ਸੀਗਾ ਟਰਾਂਸਫਾਰਮਰ ਉਹਨੂੰ ਬਚਾ ਲਿਆ ਗਿਆ ਜੀ ਕਿੰਨਾ ਖੋਖਾ ਸੀ ਪਤਾ ਨਹੀਂ ਚੱਲਿਆ ਜੀ ਨਹੀਂ ਇਹ ਹਜੇ ਪਤਾ ਨਹੀਂ ਲੱਗਿਆ ਜੀ ਅੱਗ 'ਤੇ ਅੱਗ ਕਿਵੇਂ ਲੱਗੀ ਇਸ ਬਾਰੇ ਇਹ ਬਸ ਕੋਈ ਸਮਝ ਨਹੀਂ ਆਈ ਜੀ